ਹੌ ਕਿੱਕਲੀ ਕਲੀਰ ਦੀ ਗੋਲੀ ਜਾਵੇ چیرਦੀ ਅਸਲਾ ਏ ਭਾਈ ਦਾ ਨਹੀਂ ਟਾਈਮ ਤੇ ਚਲਾਈਦਾ ਗੱਡਵਾ ਸਲੂਕ ਐ ਮੋਢੇ ਤੇ ਬੰਦੂਕ ਐ ਕੱਠ ਕਰ ਦਿੰਨੇ ਆ ਨਹੀਂ ਜਿੱਥੇ ਜਿੱਥੇ ਜਾਈਦਾ ਇਸ ਫਿਲਮ ਤੇ ਟ੍ਰੇਲਰ ਦੇ ਵਿੱਚ ਕਰ ਮੈਂ ਦੇਖਿਆ ਤਿੰਨ ਜਵਾਕ ਵੀ ਕਹਿੰਦੇ ਨੇ ਆਪਾਂ ਹੁਣ ਜਵਾਕ ਨਹੀਂ ਨੇ ਅੱਪਾ ਵੀ ਕੁਝ ਕਰ ਸਕਦੇ ਤਾਂ ਤੁਹਾਨੂੰ ਨਹੀਂ ਲੱਗਦਾ ਜਦ ਅੱਪਾ ਆਪਣੇ ਕਲਚਰ ਦੀ ਗੱਲ ਕਰਦੇ ਆ ਸੋਸਾਇਟੀ ਦੇ ਵਿਚਾਰ ਜੇ ਕੋਈ ਚੱਲ ਰਿਹਾ ਕਿਤੇ ਨਾ ਕਿਤੇ ਜਵਾਕ ਸਾਡੇ ਦੇਖ ਰਹੇ ਨੇ ਉਹੀ ਸਿੱਖ ਰਹੇ ਨੇ ਤਾਂ ਅੱਪਾ ਹਮੇਸ਼ਾ ਕਹਿੰਦੇ ਨੇ ਕਿ ਪੰਜਾਬ ਦੀ ਨੌਜਵਾਨੀ ਹੁਣ ਰੁੱਲਦੀ ਜਾ ਰਹੀ ਹੈ ਅੱਧੀ ਦੁਨੀਆ ਅੱਧੀ ਤੋਂ ਜ਼ਿਆਦਾ ਦੁਨੀਆ ਸਹੂਲਤਾਂ ਤੋਂ ਲੈ ਕੇ ਐਜੂਕੇਸ਼ਨ ਤੋਂ ਲੈ ਕੇ ਪੈਸਿਆਂ ਤੋਂ ਲੈ ਕੇ ਹਰ ਇੱਕ ਚੀਜ਼ ਤੋਂ ਵੰਜੀ ਹੈ ਉਹਨਾਂ ਦੀ ਦੁਨੀਆ ਕਿਦਾਂ ਦੀ ਹੈ ਬੇਸਿਕਲੀ ਇਹ ਦਿਖਾਇਆ ਗਿਆ ਇਹ ਨਹੀਂ ਕਿ ਬੱਚਿਆਂ ਨੂੰ ਆਪਾਂ ਇਸ ਤਰ੍ਹਾਂ ਨਾਲ ਜਾਂ ਉਸ ਤਰ੍ਹਾਂ ਨਾਲ ਇਨੂੰ ਦਿਖਾਇਆ ਇਹ ਗਿਆ ਕਿ ਉਹ ਏਰੀਏ ਦੇ ਵਿੱਚ ਸਾਈਕੀ ਕੀ ਆ ਮੈਂਟੈਲਿਟੀ ਕੀ ਆ ਮਤਲਬ ਉਹਨਾਂ ਨੇ ਉਹਨਾਂ ਦੇ ਦਿਮਾਗ ਦੇ ਭੂਤ ਕਿਹੜਾ ਸਵਾਰ ਰਹਿੰਦਾ ਸਵੇਰੇ ਸ਼ਾਮੋਂ ਆਪਦੀ ਅੱਖਾਂ ਮੂਰੇ ਦੇਖਦੇ ਕੀ ਆ ਸੋ ਇਹ ਦਿਖਾਇਆ ਗਿਆ ਤੇ ਆਪ ਦੀ ਗੱਲ ਕੀਤੀ ਜਾਵੇ ਤੁਹਾਡੇ ਆਪ ਦੇ ਜੀਵਨ ਦੇ ਵਿਚਾਰ ਭੂਤ ਕਿਸ ਚੀਜ਼ ਦਾ ਸਵਾਰਿਆ ਤੁਹਾਡਾ ਮੇਰੇ ਤੇ ਤਾਂ ਦੇਖੋ ਪਹਿਲਾਂ ਤਾਂ ক্রিকেট ਦਾ ਬਹੁਤ ਜ਼ਿਆਦਾ ਸੀ ਹੁਣ ਵੀ ਬਹੁਤ ਜ਼ਿਆਦਾ ਦੇਖਣ ਦਾ ਤਾਂ ਘਰ ਦੇ ਨੇ క్రికెਟਰ ਬਣ ਨਹੀਂ ਦਿੱਤਾ ਕਿਉਂਕਿ ক্রিকেট ਕਹਿੰਦੇ ਜੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਇੰਡੀਆ ਲੈਵਲ ਤੇ ਇਹ ਉਹ ਪਰ ਮੈਂ ਫਿਰ ਸਿੰਗਿੰਗ ਦੀ ਕਰਾਰੀ ਸੀਗੀ ਸ਼ੌਕ ਤਾਂ ਸੀਗੇ ਪਰ ਇੱਧਰ ਫਿਰ ਮੈਂ ਜ਼ਿਆਦਾ ਸਲਾਹ ਨਹੀਂ ਲਈ ਕਰ ਦਿਆਂਦੀ ਨਹੀਂ ਬਾਲਾ ਦੱਸਿਆ ਆਪ ਹੀ ਕਹਿ ਲਓ ਵੀ ਹੁਣ ਬੰਨਾ ਜੋ ਅਗਰ ਭਗਵੰਤ ਬਾੰਦੀ ਗੱਲ ਕੀਤੀ ਜਾਵੇ ਸੋ ਚੁੱਕਣ ਵਾਲੇ ਨੇ ਉਹ ਵੀ ਸਾਡੀ ਕਲਾਕਾਰਤ ਦੇ ਵਿੱਚੋਂ ਇੱਕ ਕਹੀਏ ਕਿ ਮਾਨਯੋਗ ਸ਼ਖਸ ਹੋ ਗਏ ਨੇ ਇਸ ਵੇਲੇ ਤੇ ਉਹਨਾਂ ਦੇ ਤੁਹਾਨੂੰ ਲੱਗਦਾ ਕਿ ਇਸ ਵੇਲੇ ਜਿਵੇਂ ਤੁਹਾਡੀ ਫਿਲਮ ਦੇ ਵਿੱਚਕਾਰ ਤੁਸੀਂ ਕਹਿੰਦੇ ਨੇ ਬੜੀ ਔਖੀ ਰਾਹ ਸੀ ਉਹਨਾਂ ਦੀ ਵੀ ਇੱਕ ਔਖੀ ਰਾਹ ਇੱਥੇ ਤੱਕ ਪਹੁੰਚੇ ਸੈਂਟਾਊਨਸ ਦੇਖੇ ਉਹਨਾਂ ਨੇ 2019 ਦੇ ਵਿੱਚ ਉਹ ਲੋਨ ਐਮਪੀ ਰਹਿ ਗਏ ਸੀਗੇ ਸਾਰੇ ਦੇਸ਼ ਚ ਪਰ ਉਦੋਂ ਇੱਕ ਗੱਲ ਕਲੀਅਰ ਹੋ ਗਈ ਸੀ ਕਿ ਉਹਨਾਂ ਨੂੰ ਪਿਆਰ ਮਿਲਦਾ ਲੋਕਾਂ ਦਾ ਲੋਕਾਂ ਨੇ ਉੱਥੇ ਵੀ ਭਗਵੰਤ ਮਾਨ ਜੀ ਨੂੰ ਵੋਟ ਪਾਈ ਹਾਲਾਂਕਿ ਸਾਰੇ ਇੰਡੀਆ ਸਿਰਫ ਇੱਕ ਸੀਟ ਆਈ ਸੀ ਇੱਥੋਂ ਇਹ ਪਤਾ ਲੱਗਦਾ ਕਿ ਉਹ ਕਨੈਕਟ ਕਰਦੇ ਨੇ ਲੋਕਾਂ ਨਾਲ ਜੇ ਕਨੈਕਟ ਕਰਦੇ ਨੇ ਤਾਂ ਅੱਜ ਉਹਨਾਂ ਨੂੰ ਸੀਐਮ ਦਾ ਜਿਹੜਾ ਅਹੁਦਾ ਤੇ ਸੀਐਮ ਦਾ ਪਿਆਰ ਉਹਨਾਂ ਨੂੰ ਮਿਲਿਆ ਸਾਡੇ ਫੀਲਡ ਚੋਂ ਗਏ ਨੇ ਐਂਟਰਟੇਨਮੈਂਟ ਫੀਲਡ ਚੋਂ ਗਏ ਨੇ ਤੇ ਉਹ ਜਿਹੜੀ ਮਿਥ ਹੈ ਉਹਨਾਂ ਨੇ ਪਾੜ ਕੇ ਰੱਖਤੀ ਕਿ ਆਰਟਿਸਟ ਇਸ ਫੀਲਡ ਲਈ ਬਣੇ ਨਹੀਂ ਸੈਲਿਬ੍ਰਿਟੀ ਇਸ ਫੀਲਡ ਲਈ ਬਣੇ ਨਹੀਂ ਮੇਰੇ ਤਾਂ ਇਨਫੈਕਟ ਪੰਜ ਸੱਤ ਬਿਲਕੁਲ ਨੋਨ ਐਮ ਐਲ ਏ ਜੋ ਬਣੇ ਨੇ ਪਰ ਜਿੰਨਾਂ ਵਿੱਚੋਂ ਮੀਠੇਰ ਤੇ ਅਮਰਤਪਾਲ ਸੁਖਾਨੰਦ ਮੇਰੇ 15-15 ਸਾਲ ਤੋਂ ਯਾਰ ਨੇ ਭਰਾ ਨੇ ਇਕੱਠੇ ਇੱਕੋ ਫਲੈਟ 'ਚ ਰਹੇ ਆ ਪੜੇ ਆ ਕਾਲਜ ਵੀ ਸੇਮ ਸੀ ਤੇ ਅਮਰਤਪਾਲ ਹੁਣੀ ਅਸੀਂ ਵੀ ਥੀਰ ਬਾਈ ਸੀ ਕਾਲਜ ਦੀ ਮਲਵੀ ਕਿੱਦਾਂ ਟੀਮ 'ਚ ਵੀ ਹੁੰਦੇ ਸੀਗੇ ਕ੍ਰਿਕਟ ਵੀ ਅਸੀਂ ਕ੍ਰਿਕਟ ਦੀ ਟੀਮ 'ਚ ਵੀ ਹੁੰਦੇ ਸੀਗੇ ਰਏ ਵੀ ਇਕੱਠੇ ਆ ਸੋ ਮੇਰਾ ਮੇਰੀ ਫੀਲਡ ਦੇ ਵਿੱਚ ਵੀ ਉਹਨਾਂ ਨੇ ਬੜਾ ਮੈਨੂੰ ਪੁਸ਼ਸ਼ ਕੀਤਾ ਕਿ ਨੇ ਅਮਰ ਤੋਂ ਵਧੀਆ ਗਾਉਣਾ ਤੋਂ ਵਧੀਆ ਲਿਖਣਾ। ਕੁਰਸੀ ਇਹੀ ਹੈ ਦੇਖੋ ਜਦੋਂ ਜਦ ਕਿਤੇ ਨਹੀਂ ਹੈਗੀ ਹਰ ਇੱਕ ਜਗ੍ਹਾ ਤੇ ਜਦੋਂ ਜ਼ਿਆਦਾ ਹੈ। ਹਰ ਇੱਕ ਨੂੰ ਹੁੰਦਾ ਕਿ ਮੈਂ ਪਾਵਰਫੁੱਲ ਬੰਨਾ ਹੈ। ਕੋਈ ਬੰਦਾ ਨੂੰ ਇਹ ਹੁੰਦਾ ਕਿ ਮੈਂ ਕਿਉਂ ਸੌਟ ਘੱਟ ਕਿਉਂ ਰਵਾਂ। ਸੋ ਡਿਪੈਂਡ ਕਰਦਾ ਹੈ। ਪਰ ਹਾਂ ਕਿਸੇ ਦੀ ਜਿਹੜੀ ਮਨਸ਼ਾ ਹੈ ਉਹ ਮਿਹਨਤ ਕਰਕੇ ਪਾਵਰਫੁੱਲ ਬਣਦੀ ਹੈ। ਕਿਸੇ ਦੀ ਮਨਸ਼ਾ ਲਾਲਚੀ ਵੇ ਨਾਲ ਧੋਖਾ ਕਰਕੇ ਪਾਵਰਫੁਲ ਬਣਦੀ ਐ ਨਜ਼ਰਾਂ ਦੇ ਬਾਹਰ ਕੇਰਾ ਕਰੋ ਸੋਣਿਓ ਪੈਰ ਸਾਡੇ ਪੈਰਾਂ ਵਿੱਚ ਧਰੋ ਸੋਣਿਓ ਸੌਰਗੇ ਰੱਬ ਦੀ ਕੋਈ ਨਹੀਂ ਰੋਕਦਾ ਜਿੱਦਾਂ ਤੁਹਾਡਾ ਦਿਲ ਉਦਾਂ ਕਰੋ ਸੋਣਿਓ ਤੋੜ ਦੇ ਨਾਲ ਕਰੋੜਾਂ ਦਾ ਸੇ ਦਿਲ ਪਹਿਲਾਂ ਸਫਰਾਂ ਤੇ ਬਿਸਮਿਲ੍ਲਾ ਇਸ਼ਕ ਸਾਡਾ ਹੁਣ ਚੜੂਗਾ ਸਿਖਰਾਂ ਤੇ ਮੇਰੇ ਨਾਲ ਨਾਲ ਰਹਿ ਤੂੰ ਮਿੱਟੀ ਪਾ ਦੇ ਸਿਖਰਾਂ ਤੇ ਬਿਸਮਿਲ੍ਲਾ ਬਿਸਮਿਲ੍ਲਾ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਜਵਾ ਅੱਜ ਆ ਤਿੰਨ ਦਹਾਕੇ ਕਵਾ ਲਈ 3 ਸਾਲ ਕਵਾ 3 ਦਿਨ ਕਵਾ ਮਤਲਬ ਮਤਲਬ ਇਹ ਇਨਸਾਨ ਜਿਹੜਾ ਸਾਡੇ ਰੂਬਰੂ ਰਹਿੰਦਾ ਹੈ ਗੀਤਾਰਾਹੀ ਫਿਲਮਾਂ ਰਹੀ ਨਾਮ ਹੈ ਮਾਨਦਮਨ ਅੰਮ੍ਰਿਤਮਾਨ ਥੈਂਕ ਯੂ ਸਵੇਰੇ ਦਾ ਸਵਾਗਤ ਥੈਂਕ ਯੂ ਜੀ ਥੈਂਕ ਯੂ ਸੋ ਮਚ ਟ੍ਰੇਲਰ ਬਹੁਤ ਜ਼ਬਰਦਸਤ ਹੈ ਮਤਲਬ ਭਾਈ ਬਹੁਤ ਜ਼ਮਾਨੇ ਬਾਅਦ ਆਈ ਥਿੰਕ ਮੈਂ ਮਾਰਤਾ ਦੇਖ ਰਹੀ ਉਹ ਵੀ ਜ਼ਬਰਦਸਤ ਕਿਵੇਂ ਮਤਲਬ ਉਸ ਦੇ ਵਿੱਚ ਮੈਨੂੰ ਲੱਗ ਰਿਹਾ ਸੀ weight gain ਕਾਫੀ ਕੀਤਾ ਤੇ ਹੁਣ ਤੁਸੀਂ ਪਤਲੇ ਲੱਗ ਰਹੇ ਮੈਂ ਕਿਉਂਕਿ ਜਦੋਂ ਇਹ ਫਿਲਮ ਸ਼ੂਟ ਕਰ ਰਿਹਾ ਸੀਗਾ ਉਦੋਂ ਗੇਨ ਕਰਨਾ ਪਿਆ ਕੁਝ ਉਦਾਂ ਦਾ ਪਰਸੋਨਾ ਸੀਗਾ ਉਹਦਾ ਦੀ ਪਰਸਨੈਲਿਟੀ ਸੀਗੀ ਹੁਣ ਕਿਉਂਕਿ ਗਾਣੇ ਵੀ ਅੱਗੇ ਕਰਨੇ ਆ ਤੇ ਉਸ ਤੋਂ ਬਾਅਦ ਨੈਕਸਟ ਮੂਵੀ ਵਲ ਵੀ ਸਾਡਾ ਸ਼ੂਟ ਸ਼ੁਰੂ ਹੋ ਜਾਣਾ ਮੇਬੀ ਵਿਥਿਨ 15-20 ਡੇਸ ਉਹਦੀ ਡਿਫਰੈਂਟ ਡਿਮਾਂਡ ਸੀਗੀ ਸੋ ਇਸ ਕਰਕੇ ਆਨ ਐਂਡ ਆਫ ਚੱਲਦੇ ਰਹਿੰਦਾ ਵੇਟ ਕਦੇ 5 ਕਿਲੋ ਵਧ ਗਿਆ ਕਦੇ 5 ਕਿਲੋ ਘਟ ਗਿਆ ਇਦਾਂ ਹੀ ਆ ਫਿਰ ਪੇ ਇੱਕ ਸਿੰਗਰ ਕਹੀਏ ਜਾਂ ਫਿਰ ਇੱਕ ਐਕਟਰ ਕਹੀਏ ਉਹਨੂੰ ਜਦ ਅੱਪਾ ਕਹਿੰਦੇ ਨਾ ਗੇਨ weight ਕਰਨਾ ਹੈ ਜਾਂ ਲੂਜ਼ ਕਰਨਾ ਹੈ ਅਬ ਸਾਨੂੰ ਗੇਨ ਕਰਨ ਨੂੰ ਤਾਂ ਚਲੋ ਸੁੱਖ ਹੋ ਜਾਂਦਾ ਤੁਹਾਨੂੰ ਨਾਮ ਦੇ ਨਾਲ ਲੂਜ਼ ਕਰਨਾ ਬਹੁਤ ਔਖਾ ਹੈ ਹਾਂ ਔਖਾ ਹੋ ਜਾਂਦਾ ਜੀ ਕਿਉਂਕਿ ਟਾਈਮ ਕੱਟੂ ਕੱਟ ਹੁੰਦਾ ਵਿੱਚ ਤੁਸੀਂ ਗਾਣੇ ਕਰਨੇ ਆਂ ਟਰੈਵਲ ਕਰਨਾ ਕਦੇ ਕਿਹੜੀ ਕੰਟਰੀ ਚੋਂ ਕਦੇ ਕਿਹੜੇ ਸ਼ਹਿਰ ਚੋਂ ਲੱਕੀਆਂ ਸੀ ਕੰਪਲੇਨ ਨਹੀਂ ਕਰਦੇ ਪਰ ਟਫ ਹੋ ਜਾਂਦਾ ਹਰ ਇੱਕ ਜਗ੍ਹਾ ਦਾ ਡਿਫਰੈਂਟ ਤਰ੍ਹਾਂ ਦਾ ਖਾਣਾ ਹੈ ਡਿਫਰੈਂਟ ਤਰ੍ਹਾਂ ਦੇ ਤੁਸੀਂ ਦੇਖੋ ਬਣਾਉਣ ਦੇ ਤਰੀਕੇ ਨੇ ਡਿਫਰੈਂਟ ਮਸਾਲੇ ਨੇ ਡਿਫਰੈਂਟ ਚੀਜ਼ਾਂ ਨੇ ਸੋ ਫਰਕ ਤਾਂ ਦੇਖੋ ਟਾਈਮ ਤਾਂ ਲੱਗਦਾ ਪਰ ਉਹਨਾਂ ਹਿਸਾਬ ਨਾਲ ਆ ਗਿਆ ਹੌਲੀ ਹੌਲੀ ਕਿ ਕਿੰਨਾ ਕੁ ਖਾਣਾ ਕਿੰਨਾ ਕੁ ਨਹੀਂ ਮਸਾਲਿਆਂ ਦੀ ਗੱਲ ਕਰ ਰਹੇ ਹੋ ਤੇ ਇਸ ਫਿਲਮ ਦੇ ਵਿੱਚਕਾਰ ਯੋਗਰਾਜ ਜੀ ਬੱਬਰ ਕਹਿੰਦੇ ਕਿ ਸੀਟ ਨਹੀਂ ਮਿਲਦੀ ਇਦਾਂ ਇਸ ਸੀਟ ਦੇ ਪਿੱਛੇ ਨਾ ਬੱਬਰ ਬਣਨ ਵਾਸਤੇ ਬੱਬਰ ਚਾਹੀਦਾ ਹੈ ਉਹਨੂੰ ਕੱਟਣ ਵਾਸਤੇ ਤੇ ਜਦ ਬੱਬਰ ਅਸਲ ਜ਼ਿੰਦਗੀ ਦੇ ਵਿਚਕਾਰ ਤੁਹਾਨੂੰ ਕੀ ਲੱ ਦੇਖੋ ਇਹ ਹੀ ਹੈ ਕਿ ਮੂਵੀ ਦੇ ਵਿੱਚ ਜਦੋਂ ਤੁਸੀਂ ਕਿਹਾ ਇੱਕ ਕੁਰਸੀ ਇੱਕ ਕਹਿੰਦੇ ਹੁੰਦੇ ਹਨ ਨਾ ਤਾਨਾਸ਼ਾ ਵਾਲਾ ਜਿਹੜਾ ਔਰਾ ਤੇ ਜਗ੍ਹਾ ਤੇ ਉਪਾਧੀ ਹੈ ਉਹਨੂੰ ਲੈਣ ਨੂੰ ਸਾਰਾਂ ਚ ਜਦੋਜਹਿਦ ਲੱਗੀ ਹੋਈ ਹੈ ਕੋਈ ਬੰਦਾ ਤਾਂ ਲਾਲਚ ਨੂੰ ਉਸ ਗੱਦੀ ਵੱਲ ਪਹੁੰਚਦਾ ਹੈ ਕਿ ਮੈਂ ਆਪਣੀ ਪਾਵਰ ਨੂੰ ਯੂਜ਼ ਕਰਨਾ ਹੈ ਤੇ ਪਾਵਰਫੁਲ ਬੰਨਾ ਕਿਸੇ ਬੰਦੇ ਨੂੰ ਹਾਲਾਤ ਲੈ ਆਉਂਦੇ ਨੇ ਕੋਈ ਬੰਦਾ ਇਸ ਤੇ ਜਾਣਾ ਨਹੀਂ ਚਾਹੁੰਦਾ ਟੱਕੇ ਨਾਲ ਉਹਦੇ ਨਾਲ ਦੇ ਲੈ ਆਉਂਦੇ ਨੇ ਸੋ ਇਹ ਫਿਲਮ ਇਦਾਂ ਦੀ ਹੈ ਕਿ ਅੱਡ ਅੱਡ ਕੈਰੈਕਟਰਸ ਅੱਡਡ ਲੋਕ ਕਿਵੇਂ ਕਲਾਈਮੈਕਸ ਤੱਕ ਜਾਂਦੇ 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 ਜੁੜ ਜਾਂਦੇ ਨੇ ਸੋ ਬੜੀ ਪਿਆਰੀ ਤੁਸੀਂ ਕਹਿ ਸਕਦੇ ਹੋ ਸਕ੍ਰਿਪਟ ਲਿਖੀ ਹੈ ਹਾ ਮਰ ਹੁੰਦਲ ਬਾਈ ਨੇ ਡਾਇਰੈਕਟ ਕੀਤੀ ਹੈ ਵਰਨਿੰਗ ਤੋਂ ਬਾਅਦ ਉਹਨਾਂ ਦੀ ਦੂਜੀ ਫਿਲਮ ਹੈ ਇਹ ਤਾਂ ਸਿੱਗੀ ਫਿਲਮ ਵਾਲੀ ਗੱਲ ਰੀਅਲ ਲਾਈਫ ਦੇ ਵਿੱਚ ਵੀ ਦੇਖੋ ਹੁਣੇ ਤਾਂ ਇਲੈਕਸ਼ਨਸ ਨਿਭੜ ਕੇ ਹਟੇ ਆ ਕੁਰਸੀ ਵਾਲਾ ਐਕਸ਼ਨ ਵੱਲ ਨਾ ਜਾਏ ਹਲੇ ਫਿਲਮ ਵੱਲ ਰਹੇ ਹੋ ਕੁਰਸੀ ਦੇ ਵੱਲ ਉਹ ਉਸ ਕੁਰਸੀ ਵੱਲ ਵੀ ਜਾਵਾਂਗੇ ਪਹਿਲੇ ਬੱਬਰ ਫਿਲਮ ਦੀ ਗੱਲ ਕਰ ਲੈਨੇ ਉਸ ਵੱਲ ਪਿੱਛੇ ਬਾਅਦ ਜਾਵਾਂ ਕੁਰਸੀ ਇਹੀ ਹੈ ਦੇਖੋ ਜਦੋਂ ਜਦ ਕਿਤੇ ਨਹੀਂ ਹੈਗੀ ਹਰ ਇੱਕ ਜਗ੍ਹਾ ਤੇ ਜਦੋਂ ਜਿਆਦਾ ਹੈ ਹਰ ਇੱਕ ਨੂੰ ਹੁੰਦਾ ਕਿ ਮੈਂ ਪਾਵਰਫੁਲ ਬੰਨਾ ਕੋਈ ਬੰਦਾ ਨੂੰ ਇਹ ਹੁੰਦਾ ਕਿ ਮੈਂ ਕਿਸੋਟ ਘੱਟ ਕਿਉਂ ਰਵਾਂ ਸੋ ਡਿਪੈਂਡ ਕਰਦਾ ਪਰ ਹਾਂ ਕਿਸੇ ਦੀ ਜਿਹੜੀ ਮਨਸ਼ਾ ਹੈ ਉਹ ਮਿਹਨਤ ਕਰਕੇ ਪਾਵਰਫੁਲ ਬਣਦੀ ਹੈ ਕਿਸੇ ਦੀ ਮਨਸ਼ਾ ਲਾਲਚੀ ਵੇ ਨਾਲ ਧੋਖਾ ਕਰਕੇ ਪਾਵਰਫੁਲ ਬਣਦੀ ਹੈ ਸੋ ਇਹ ਨਜ਼ਰੀਆ ਤੇ ਡਿਪੈਂਡ ਕਰਦਾ ਹੈ ਇਨਸਾਨ ਦਾ ਅੱਜ ਇਸ ਫਿਲਮ ਤੇ ਟ੍ਰੇਲਰ ਦੇ ਵਿਚਕਾਰ ਮੈਂ ਦੇਖਿਆ ਤਿੰਨ ਜਵਾਕ ਵੀ ਕਹਿੰਦੇ ਨੇ ਆਪਾਂ ਹੁਣ ਜਵਾਕ ਨਹੀਂ ਨੇ ਆਪਾਂ ਵੀ ਕੁਝ ਕਰ ਸਕਦੇ ਹਾਂ ਤੇ ਤੁਹਾਨੂੰ ਨਹੀਂ ਲੱਗਦਾ ਜਦ ਆਪਾਂ ਆਪਣੇ ਕਲਚਰ ਦੀ ਗੱਲ ਕਰਦੇ ਆਂ ਸੋਸਾਇਟੀ ਦੇ ਵਿਚਕਾਰ ਜੇ ਕੁਝ ਚੱਲ ਰਿਹਾ ਹੈ ਕਿਤੇ ਨਾ ਕਿਤੇ ਜਵਾਕ ਸਾਡੇ ਦੇਖ ਰਹੇ ਨੇ ਉਹੀ ਸਿੱਖ ਰਹੇ ਨੇ ਤਾਂ ਆਪਾਂ ਹਮੇਸ਼ਾ ਕਹਿੰਦੇ ਨੇ ਕਿ ਪੰਜਾਬ ਦੀ ਨੌਜਵਾਨੀ ਹੁਣ ਰੁੱਲਦੀ ਜਾ ਰਹੀ ਹੈ ਜੀ ਜੀ ਅਸਲ ਦੇ ਵਿੱਚ ਕੀ ਹੈ ਨਾ ਇੱਕ ਏਰੀਆ ਇੱਕ ਪਾਰਟਿਕੂਲਰ ਏਰੀਆ ਦੀ ਗੱਲ ਕੀਤੀ ਵੀ ਆ ਇਹਦੇ ਇਸ ਮੂਵੀ ਦੇ ਵਿੱਚ ਤੁਸੀਂ ਦੇਖੋਗੇ ਨਾ ਜਦੋਂ ਮੂਵੀ ਦੇਖੋਗੇ ਇਸ ਵਿੱਚ ਪੰਜਾਬ ਦੀ ਗੱਲ ਨਹੀਂ ਹੈ ਇਸ ਦੇ ਵਿੱਚ ਇੱਕ ਏਰੀਆ ਹੈ ਪਾਰਟਿਕੂਲਰ ਜੋ ਕਿ ਏਰੀਆ ਬਿਲਕੁਲ ਹੀ ਅਨਐਜੂਕੇਟਡ ਆ ਪੜ੍ਹਾਈ ਨਾਲ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ ਉਸ ਏਰੀਏ ਦੇ ਬੱਚਿਆਂ ਦੀ ਵੀ ਜਿਹੜੀ ਬੋਲੀ ਹੈ ਸਟ੍ਰੇਟ ਫਾਰਵਰਡ ਆ ਉਹ ਵੱਡਿਆਂ ਨੇ ਤਾਂ ਜੋ ਕਰਨਾ ਜੋ ਵੱਡੇ ਕਰ ਰਹੇ ਆ ਬੱਚੇ ਓਵੇਂ ਸਿੱਖਣਗੇ ਨਾ ਉਹਦੇ ਵਿੱਚ ਅਸੀਂ ਜੋ ਸਾਡੀ ਲੁੱਕ ਹੈ ਸਾਡਾ ਜੋ ਪਾਸਟ ਦਿਖਾਇਆ ਇਵਨ ਕਿ ਯੋਗਰਾਜ ਸਰ ਹੋਣਾ ਦਾ ਜੋ ਪਾਸਟ ਦਿਖਾਇਆ ਦੋ ਪਾਰਟ ਬੰਨੇ ਆ ਫਿਲਮ ਦੇ ਇਹਲਾ ਪਾਰਟ ਆ ਰਿਹਾ ਮੈਂ ਹੁਣੀ ਰਿਵੀਲ ਕਰਦਾ ਉਸ ਗੱਲ ਕਰਕੇ ਇਸ ਮੂਵੀ ਚ ਇਹ ਦਿਖਾਇਆ ਗਿਆ ਕਿ ਜਦੋਂ এডੂਕੇਸ਼ਨ ਕਹਿ ਲੋ ਜਾਂ ਅੱਧੀ ਦੁਨੀਆ ਅੱਧੀ ਤੋਂ ਜ਼ਿਆਦਾ ਦੁਨੀਆ ਸਹੂਲਤਾਂ ਤੋਂ ਲੈ ਕੇ এডੂਕੇਸ਼ਨ ਤੋਂ ਲੈ ਕੇ ਪੈਸਿਆਂ ਤੋਂ ਲੈ ਕੇ ਹਰ ਇੱਕ ਚੀਜ਼ ਤੋਂ ਵੰਜੀ ਹੈ ਉਹਨਾਂ ਦੀ ਦੁਨੀਆ ਕਿਦਾਂ ਦੀ ਹੈ ਬੇਸਿਕਲੀ ਇਹ ਦਿਖਾਇਆ ਗਿਆ ਇਹ ਨਹੀਂਗਾ ਕਿ ਬੱਚਿਆਂ ਨੂੰ ਆਪਾਂ ਇਸ ਤਰ੍ਹਾਂ ਨਾਲ ਜਾਂ ਉਸ ਤਰ੍ਹਾਂ ਨਾਲ ਇਹਨੂੰ ਦਿਖਾਇਆ ਇਹ ਗਿਆ ਕਿ ਉਹ ਏਰੀਏ ਦੇ ਵਿੱਚ ਸਾਈਕੀ ਕੀ ਹੈ ਮੈਂਟੈਲਿਟੀ ਕੀ ਹੈ ਮਤਲਬ ਉਹਨਾਂ ਨੇ ਉਨਾਂ ਦੇ ਦਿਮਾਗ ਤੇ ਭੂਤ ਕਿਹੜਾ ਸਵਾਰ ਰਹਿੰਦਾ ਸਵੇਰੇ ਸ਼ਾਮੋਂ ਆਪਦੀ ਅੱਖਾਂ ਮੂਰੇ ਦੇਖਦੇ ਕੀ ਐ ਸੋ ਇਹ ਦਿਖਾਇਆ ਗਿਆ ਪਤਾ ਤੇ ਆਪ ਦੀ ਗੱਲ ਕੀਤੀ ਜਾਵੇ ਤੁਹਾਡੇ ਆਪ ਦੇ ਜੀਵਨ ਦੇ ਵਿਚਾਰ ਭੂਤ ਕਿਸ ਚੀਜ਼ ਦਾ ਸਵਾਰਿਆ ਤੁਹਾਡਾ ਮੇਰੇ ਤੇ ਤਾਂ ਦੇਖੋ ਪਹਿਲਾਂ ਤਾਂ ক্রিকেট ਦਾ ਬਹੁਤ ਜ਼ਿਆਦਾ ਸੀਗਾ ਹੁਣ ਵੀ ਬਹੁਤ ਜ਼ਿਆਦਾ ਦੇਖਣ ਦਾ ਤਾਂ ਘਰ ਦੇ ਨੇ క్రికెਟਰ ਬਣ ਨਹੀਂ ਦਿੱਤਾ ਕਿਉਂਕਿ ক্রিকেট ਕਹਿੰਦੇ ਜੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਇੰਡੀਆ ਲੈਵਲ ਤੇ ਇਹ ਉਹ ਪਰ ਮੈਂ ਫਿਰ ਸਿੰਗਿੰਗ ਦੀ ਕਰਾਰੀ ਸੀਗੀ ਸ਼ੌਂਕ ਤਾਂ ਸੀਗੇ ਪਰ ਇੱਧਰ ਫਿਰ ਮੈਂ ਜ਼ਿਆਦਾ ਸਲਾਹ ਨਹੀਂ ਲਈ ਕਰਦਿਆਂ ਦੀ ਨਹੀਂ ਵਾਲਾ ਦੱਸਿਆ ਆਪ ਹੀ ਕਹਿ ਲਓ ਵੀ ਹੁਣ ਬਨਣਾ ਜੋ ਅਸਲ ਦੇ ਵਿੱਚ ਜਿਹੜੀ ਚੀਜ਼ ਤੁਹਾਨੂੰ ਖੁਸ਼ੀ ਦੇਵੇ ਉਹੀ ਤੁਹਾਡਾ ਰੋਜ਼ਗਾਰ ਬਣ ਜਾਏ ਉਹ ਤੋਂ ਵੱਡੀ ਗੱਲ ਨਹੀਂ ਹੁੰਦੀ ਸਿਆਣੇ ਨੇ ਕਹਿੰਦੇ ਕਿ ਤੁਹਾਡਾ ਸ਼ੌਂਕ ਤੁਹਾਡੀ ਰੋਟੀ ਬਣਦੀ ਹੈ ਉਹ ਤੋਂ ਵੱਡੀ ਕਿਸਮਤ ਕੋਈ ਨਹੀਂਗੀ ਸੋ ਲੱਕੀ ਫੀਲ ਕਰਦਾ ਜੀ ਇਸ ਏਰੀਆ ਦੀ ਗੱਲ ਕਰ ਰਹੇ ਸੀ ਕੁਛੇ ਦਿਨ ਪਹਿਲੇ ਤੁਸੀਂ ਇੱਕ ਵੀਡੀਓ ਪਾਈ ਸੀ ਮੀਤ ਥੇਰ ਦੇ ਨਾਲ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਜਦ ਤੁਸੀਂ ਹੁਣ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਆ ਰਵਾਇਤੀ ਪਾਰਟੀਆਂ ਨੂੰ ਪਿੱਛੇ ਛੱਡਦੇ ਹੋਏ 92 ਸੀਟਾਂ ਜਿਹੇ ਆਮ ਆਦਮੀ ਪਾਰਟੀ ਲੈ ਕੇ ਗਈ ਹੈ ਤੁਹਾਡੇ ਦੋਸਤ ਇਸ ਵਿੱਚ ਨੇ ਕਿਵੇਂ ਫੀਲ ਕਰਦੇ ਕਾਫੀ ਜੀ ਮੇਰੇ ਤਾਂ ਇਨਫੈਕਟ ਪੰਜ ਸੱਤ ਬਿਲਕੁਲ ਨੋਨ ਐਮਐਲਏ ਜੋ ਬਣੇ ਨੇ ਪਰ ਜਿੰਨਾਂ ਵਿੱਚ ਮੀਤ ਥੇਰ ਤੇ ਅਮਰਤਪਾਲ ਸੁਖਾਨੰਦ ਮੇਰੇ 15-15 ਸਾਲ ਤੋਂ ਯਾਰ ਨੇ ਭਰਾ ਨੇ ਇੱਕਠੇ ਇੱਕੋ ਫਲੈਟ 'ਚ ਰਹੇ ਆ ਪੜੇ ਆ ਕਾਲਜ ਵੀ ਸੇਮ ਸੀ ਤੇ ਅਮਰਤਪਾਲ ਹੁਣੇ ਅਸੀਂ ਵੀ ਥੇਰ ਬਈ ਸੀ ਕਾਲਜ ਦੀ ਮਤਲਬ ਵੀ ਕਿੱਧਰ ਟੀਮ 'ਚ ਵੀ ਹੁੰਦੇ ਸੀਗੇ ਕ੍ਰਿਕਟ ਵੀ ਅਸੀਂ ਕ੍ਰਿਕਟ ਦੀ ਟੀਮ 'ਚ ਵੀ ਹੁੰਦੇ ਸੀਗੇ ਰਹੇ ਵੀ ਇਕੱਠੇ ਆ ਸੋ ਮੇਰਾ ਮੇਰੀ ਫੀਲਡ ਦੇ ਵਿੱਚ ਵੀ ਉਹਨਾਂ ਨੇ ਬੜਾ ਮੈਨੂੰ ਪੁਸ਼ ਕੀਤਾ ਕਿ ਨੇ ਅਮਰਤ ਤੋਂ ਵਧੀਆ ਗਾਉਣਾ ਤੋਂ ਵਧੀਆ ਲਿਖਣਾ ਉਸ ਗੱਲ ਕਰਕੇ ਮੈਂ ਵੀ ਟਟਕੇ ਸਪੋਰਟ ਕੀਤੀ ਆ ਕਿਉਂਕਿ ਦੇਖੋ ਪਰਿਵਾਰ ਆ ਆਪਾਂ ਕਈ ਪੋਲਿਟਿਸ ਪੋਲਿਟਿਕਸ ਦੇ ਵਿੱਚ ਦੇਖਦੇ ਆ ਕਿ ਪੋਲਿਟੀਸ਼ੀਅਨਸ ਦੇ ਬੱਚੇ ਉਹਨੀ ਫੈਮਿਲੀ ਉਹਨਾਂ ਨੂੰ ਪੋਲਿਟਿਕਸ ਦਾ ਪਤਾ ਨਹੀਂ ਹੁੰਦਾ ਪਰ ਜਸਟ ਬਿਕੋਜ਼ ਉਹਨਾਂ ਦੇ ਪਰਿਵਾਰ ਦਾ ਬੰਦਾ ਕੰਟੈਸਟ ਕਰ ਰਿਹਾ ਹੁੰਦਾ ਉਹ ਮਤਲਬ ਦਿਲੋਂ ਜਾਣ ਨਾਲ ਸਪੋਰਟ ਕਰਦੇ ਮੈਂ ਆਪਣੇ ਭਰਾਵਾਂ ਦੀ ਦਿਲੋਂ ਜਾਣ ਨਾਲ ਸਪੋਰਟ ਕੀਤੀ ਐਡੇ ਵੱਡੇ ਮਾਰਜਨ ਨਾਲ ਦੋਵੇਂ ਜਿੱਤੇ ਐਂਡ ਫਿਊਚਰ ਬਹੁਤ ਬ੍ਰਾਈਟ ਹੈ ਉਹਨਾਂ ਦਾ ਪਾਰਟੀ ਦੇ ਵਿਦਨ ਪਾਰਟੀ ਬੜੀ ਹੈ ਉਹਨਾਂ ਦਾ ਕਦ ਬੜਾ ਉੱਚਾ ਹੈ ਸੋ ਇਹੀ ਅਰਦਾਸ ਕਰਦਾ ਕਿ ਚੰਗਾ ਕੰਮ ਕਰਨ ਬਹੁਤ ਭਰੋਸੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਐਂਡ ਭਰੋਸੇ ਦੇ ਖਰੇ ਉਤਰਨ ਚਲੋ ਇੱਦਾਂ ਤੁਸੀਂ ਉਹਨਾਂ ਦੇ ਉਸ ਦੀ ਗੱਲ ਕਰਤੀ ਲੇਕਿਨ ਜਦ ਹੌਸਟਲ ਟਾਈਮ ਇਕੱਠੇ ਸੀ ਤਾਂ ਉਹਨਾਂ ਦਿਨਾਂ ਦੀ ਅਗਰ ਯਾਦ ਤਾਜ਼ਾ ਕਰੀਏ ਤਾਂ ਕਿਸ ਤਰ੍ਹਾਂ ਦੀ ਰਹੀ ਯਾਦ ਬਹੁਤ ਅਸੀਂ 51 ਸੈਕਟਰ ਬੈਡਮਿੰਟਨ ਦਾ ਸਾਡੇ ਥੱਲੇ ਲੱਗਿਆ ਹੋਣਾ ਅਸੀਂ ਇਕੱਠੇ ਨੇ ਖੇਡਣਾ ਗਾਣੇ ਗਾਈ ਜਾਣੇ ਰਾਤ ਨੂੰ 3-3 ਵਜੇ ਤੱਕ ਮੀਤ ਉਹਨਾਂ ਨੇ ਸੁਣੀ ਜਾਣੇ ਮੇਰੇ ਤੋਂ ਗਾਣੇ ਮਾਣੇ ਯਾਰ ਉਹ ਗਾਣੇ ਸੁਣਾ ਉਹ ਗਾਣੇ ਸੁਣਾ ਆ ਹੁਣ ਵੀ ਤੁਸੀਂ ਦੇਖੋ ਮੰਨੋਗੇ ਤੁਸੀਂ ਜਿੱਦਨ ਅਸੀਂ ਜਿੱਤੇ ਆ ਮੀਤ ਦੀ ਡਿਕਲੇਅਰ ਹੋਈ ਇਧਰੋਂ ਕਿ ਸੀਟ ਕੱਢ ਲਈ ਮੈਨੂੰ ਫੋਨ ਆਇਆ ਮੀਤ ਦਾ ਕਿ ਵਧਾਈਆਂ ਹੁਣ ਆਪਣਾ ਹੋ ਗਿਆ ਵੀ ਤੂੰ ਚੱਲ ਪਾ ਹੁਣ ਚੰਡੀਗੜ੍ਹੋਂ ਮੈਂ ਚੱਲਿਆ ਬਰਨਾਲੇ ਪਹੁੰਚਿਆ ਬਰਨਾਲੇ ਪਹੁੰਚ ਕੇ ਮੈਂ ਵੇਟ ਕੀਤੀ ਕਿ ਵਧਾਈਆਂ ਤੋਂ ਚੌਣ ਵਾਲਾ ਤੋਂ ਕਦੋਂ ਮੀਤ ਫ੍ਰੀ ਹੁੰਦਾ ਅਸੀਂ ਹੋਰ ਸਾਰਿਆਂ ਨਾਲ ਮੀਟਿੰਗਸ ਕਰਨ ਲੱਗ ਪਏ ਵਰਕਰਜ਼ ਨਾਲ 9-10 ਵਜੇ ਫ੍ਰੀ ਹੋਏ ਆ ਉਹ ਫੇਰ ਉਹੀ ਕਾਲਜ ਵਾਲੀ ਮਹਿਫਲ ਲੱਗੀ ਰਾਤ ਨੂੰ 5-7 ਜਣਾਂ ਦੀ 10 ਜਣੇ ਜਿਹੜੇ ਕਲੋਜ਼ ਆ ਉਹ ਬੈਠੇ ਉਵੇਂ ਫਿਰ ਮੈਂ ਗਾਣੇ ਸੁਣਾਏ ਜਿਵੇਂ ਪਹਿਲਾਂ ਸੁਣਾਉਂਦਾ ਸੀ ਉਵੇਂ ਹੀ ਟੀਚਰਾਂ ਹੋਈਆਂ ਜਿਹਨੂੰ ਛੇੜਦੇ ਸੀ ਉਵੇਂ ਸਾਰਾ ਮਾਹੌਲ ਚੱਲਿਆ ਫੇਰ ਟਾਈਮ ਉਹੀ ਤ ਉਮੀਦਵਾਰ ਤੇ ਅਮਰਿਤਪਾਲ ਨੂੰ ਦੇਖਿਆ ਪਿਛਲੇ 10 ਸਾਲ ਤੋਂ ਕਿਵੇਂ ਉਹਨਾਂ ਨੇ ਦਿਨ ਰਾਤ ਇੱਕ ਕੀਤਾ 2012 ਤੋਂ ਲੱਗੇ ਹੋਏ ਨੇ ਤੇ ਫੂਲਕਾ ਸਾਹਿਬ ਦੀ ਕੈਂਪੇਨ ਤੋਂ ਸ਼ੁਰੂ ਕੀਤਾ ਸੀ ਉਹਨਾਂ ਨੇ ਸੋ ਅੱਜ ਜੇ ਵਾਇਗੁਰੂ ਨੇ ਸੁਣੀ ਆ ਤਾਂ ਆਮ ਆਮ ਸੋ ਹੈਪੀ ਫॉर देम ਚਲੋ ਤਾਂ ਦੋਸਤਾਂ ਭਰਾਵਾਂ ਦੀ ਟੀਚਰਾਂ ਤਾਂ ਚੱਲਦੀ ਰਹਿੰਦੀ ਲੇਕਿਨ ਅਗਰ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ ਸੋ ਚੁੱਕਣ ਵਾਲੇ ਨੇ ਉਹ ਵੀ ਸਾਡੀ ਕਲਾਕਾਰਤ ਦੇ ਵਿੱਚੋਂ ਇੱਕ ਕਹੀਏ ਕਿ ਮਾਨੇ ਸ਼ਖਸ ਹੋ ਗਏ ਨੇ ਇਸ ਵੇਲੇ ਤੇ ਉਹਨਾਂ ਦੇ ਤੁਹਾਨੂੰ ਲੱਗਦਾ ਕਿ ਇਸ ਵੇਲੇ ਜਿਵੇਂ ਤੁਹਾਡੀ ਫਿਲਮ ਦੇ ਵਿੱਚਕਾਰ ਤੁਸੀਂ ਕਹਿੰਦੇ ਹੋ ਨਾ ਬੜੀ ਔਖੀ ਰਾਹ ਸੀ ਉਹਨਾਂ ਦੀ ਵੀ ਇੱਕ ਔਖੀ ਰਾਹ ਹੈ ਇੱਥੇ ਤੱਕ ਪਹੁੰਚਣ ਵਾਸਤੇ ਔਖੀ ਬਿਲਕੁਲ ਔਖੀ ਹੈ ਜੀ ਦੇਖੋ ਅਪਸ ਐਂਡ ਡਾਊਨਸ ਦੇਖੇ ਉਹਨਾਂ ਨੇ 2019 ਦੇ ਵਿੱਚ ਉਹ ਲੋਨ ਐਮਪੀ ਰਹਿ ਗਏ ਸੀਗੇ ਸਾਰੇ ਦੇਸ਼ 'ਚ ਪਰ ਉਦੋਂ ਇੱਕ ਗੱਲ ਕਲੀਅਰ ਹੋ ਗਈ ਸੀ ਕਿ ਉਹਨਾਂ ਨੂੰ ਪਿਆਰ ਮਿਲਦਾ ਲੋਕਾਂ ਦਾ ਲੋਕਾਂ ਨੇ ਉੱਥੇ ਵੀ ਭਗਵੰਤ ਮਾਨ ਜੀ ਨੂੰ ਵੋਟ ਪਾਈ ਹਾਲਾਂਕਿ ਸਾਰੇ ਇੰਡੀਆ ਸਿਰਫ ਇੱਕ ਸੀਟ ਆਈ ਸੀ ਇੱਥੋਂ ਇਹ ਪਤਾ ਲੱਗਦਾ ਕਿ ਉਹ ਕਨੈਕਟ ਕਰਦੇ ਨੇ ਲੋਕਾਂ ਨਾਲ ਜੇ ਕਨੈਕਟ ਕਰਦੇ ਨੇ ਤਾਂ ਅੱਜ ਉਹਨਾਂ ਨੂੰ ਸੀਐਮ ਦਾ ਜਿਹੜਾ ਅਹੁਦਾ ਤੇ ਸੀਐਮ ਦਾ ਪਿਆਰ ਉਹਨਾਂ ਨੂੰ ਮਿਲਿਆ ਸੋ ਇਹੀ ਹੈ ਸਾਡੇ ਫੀਲਡ ਚੋਂ ਗਏ ਨੇ ਐਂਟਰਟੇਨਮੈਂਟ ਫੀਲਡ ਚੋਂ ਗਏ ਨੇ ਤੇ ਉਹ ਜਿਹੜੀ ਮਿਥ ਹੈ ਉਹਨਾਂ ਨੇ ਪਾੜ ਕੇ ਰੱਖਤੀ ਕਿ ਆਰਟਿਸਟ ਇਸ ਫੀਲਡ ਲਈ ਬਣੇ ਨਹੀਂ ਸੈਲਿਬ੍ਰਿਟੀ ਇਸ ਫੀਲਡ ਲਈ ਬਣੇ ਨਹੀਂ ਤੁਹਾਡਾ ਦਿਲ ਸਾਫ ਆ ਤੁਹਾਡੀ ਗੱਲ ਆ ਜਿਹੜੀ ਲੋਕਾਂ ਦੇ ਦਿਲਾਂ ਚ ਜਾਂਦੀ ਆ ਤੁਸੀਂ ਉਹਨਾਂ ਵਰਗੇ ਲੱਗਦੇ ਹੋ ਉਹਨਾਂ ਨੂੰ ਆਪਣੇ ਵਰਗੇ ਲੱਗਦੇ ਹੋ ਤਾਂ ਤੁਸੀਂ ਜ਼ਰੂਰ कामयाब ਹੋਣੇ ਹੋ ਨੀਅਤ ਸਾਫ਼ ਤੇ ਮਿਹਨਤ ਹੋਵੇ ਤਾਂ ਜਦੋਂ ਅੱਜ ਤਾਂ ਸਿਆਸਤ ਦੀ ਗੱਲ ਕਰਦੇ ਹੁਣ ਪੰਜਾਬ ਦੇ ਵਿਚਾਰ ਆਈ ਥਿੰਕ ਲੋਕ ਬਹੁਤ ਜ਼ਿਆਦਾ ਉਤਸੁਖ ਨੇ ਕਿਉਂਕਿ ਆਪਾਂ ਕਹਿੰਦੇ ਨਾ ਕਿ ਉਹ ਰਵਾਇਤੀ ਪਾਰਟੀਆਂ ਤੋਂ ਉਹਨਾਂ ਨੂੰ ਲੱਗਦਾ ਸੀ ਕੁਝ ਕਰ ਨਹੀਂ ਪਾਉਣਗੇ ਸਿੱਖਿਆ ਸਿਹਤ ਹਸਪਤਾਲ ਬਹੁਤ ਜ਼ਰੂਰੀ ਨੇ ਬੱਬਰ ਫਿਲ ਦੇ ਵਿਚਾਰ ਜਿਵੇਂ ਤੁਹਾਨੂੰ ਲੱਗਦਾ ਜਿਵੇਂ ਲੋਕਾਂ ਦੀ ਇਹ ਚੀਜ਼ ਬਹੁਤ ਜ਼ਰੂਰੀ ਹੈ ਤੁਹਾਨੂੰ ਆਪ ਨੂੰ ਫਿਲਮ ਦੇ ਵਿਚਾਰ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਕਿਉਂ ਜਦੋਂ ਮੈਂ ਫਿਲਮ ਬਣਾਈ ਨਾ ਇਸ ਵਿਸ਼ੇ ਤੇ ਅਸੀਂ ਸਾਨੂੰ ਇਹ ਲੱਗਿਆ ਕਿ ਯਾਰ ਬੇਰਜ਼ਗਾਰੀ ਤੇ এডਿਕੇਸ਼ਨ ਨਾ ਜਿਹੜੀ ਇਹ ਇੱਕ ਦੂਜੇ ਦੀਆਂ ਕਹਿ ਲਓ ਪੈਣਾ ਵੀ ਆ ਤੇ ਸੌਂਕਣਾ ਵੀ ਆ ਪੈਣਾ ਜਦੋਂ ਆਪਾਂ এডਿਕੇਸ਼ਨ ਲੈ ਰਹੇ ਹੁੰਨੇ ਆ ਉਦੋਂ ਆਪਾਂ ਨੂੰ ਹੁੰਦਾ ਹੈ ਕਿ ਛੋਟੀ ਬੇਰਜ਼ਗਾਰੀ ਨੂੰ ਛੋਟੀ ਭੈਣ ਨੂੰ ਸਮਝਾ ਕੇ এমਪਲੋਇਮੈਂਟ ਚ ਲੈ ਜਾਵਾਂਗੇ ਤਰੱਕੀ ਵੱਲੇ ਜਾਵਾਂਗੇ ਸੌਂਕਣਾ ਉਦੋਂ ਬਣ ਜਾਂਦੀ ਹੈ ਜਦੋਂ ਐਜੂਕੇਸ਼ਨ ਤੁਹਾਨੂੰ ਤਰੱਕੀ ਨਹੀਂ ਦਿੰਦੀ ਬੇਰਜ਼ਗਾਰੀ ਦਿੰਦੀ ਹੈ ਸੋ ਮੈਨੂੰ ਇਹ ਲੱਗਿਆ ਕਿ ਯਾਰ ਇਦਾਂ ਦੇ ਲੋਕ ਵੀ ਐਗਜ਼ਿਸਟ ਕਰਦੇ ਨੇ ਜਿਨ੍ਹਾਂ ਦਾ ਕੰਮ ਹੀ ਬਸ 2 ਨੰਬਰ ਦਾ ਕੰਮ ਹੈ ਜਿਨ੍ਹਾਂ ਨੇ ਰੋਟੀ 2 ਨੰਬਰ ਚੋਂ ਖਾਣੀ ਹੈ ਜਾਂ ਜਿਹੜੇ 2 ਨੰਬਰ ਵਾਲੇ ਕੰਮ ਚੋਂ ਨਿਕਲ ਕੇ ਚੰਗਾ ਬਣਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਇਹ ਦਲਦਲ ਇੰਨਾ ਜ਼ਿਆਦਾ ਘੜੀਸਕੇ ਵਿੱਚ ਫੇਰ ਲਿਆਉਂਦੀ ਹੈ ਕਿ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਇਹੀ ਹੈ ਕਿ ਜਿੰਨਾ ਚਿਰ ਐਜੂਕੇਸ਼ਨ ਸਕੂਲ ਸਿਸਟਮ ਵਧੀਆ ਨਹੀਂ ਹੋਊਗਾ ਇਹ ਦਿੱਕਤਾਂ ਆਉਂਦੀਆਂ ਰਹਿਣਗੀਆਂ ਹੈਲਥ ਸਿਸਟਮ ਤੇ ਐਜੂਕੇਸ਼ਨ ਸਿਸਟਮ ਤੇ ਦੋਨਾਂ ਤੇ ਧਿਆਨ ਦੇਣ ਦੀ ਬੜੀ ਲੋੜ ਹੈ ਬਸ ਇਹ ਉਦਾਂ ਇਸ ਵੇਲੇ ਅਗਰ ਕੋਈ ਗੀਤ ਸੁਣਾਣਾ ਹੋਵੇ ਪ੍ਰੈਜ਼ੈਂਟ ਸਿਨੈਰੀਓ ਦੇ ਵਿੱਚੋਂ ਕੀ ਸੁਣਾਉਗਾ ਮੈਂ ਕਿਕਲੀ ਕਲੀਰ ਦੀ ਸੁਣਾ ਦਿੰਨਾ ਸਾਡੀ ਫਿਲਮ ਦਾ ਹਿੱਟ ਗਾਣਾ ਆ ਟ੍ਰੈਂਡਿੰਗ ਤੇ ਹਾਲੇ ਵੀ ਹੋ ਕਿੱਕਲੀ ਕਲੀਰ ਦੀ ਗੋਲੀ ਜਾਵੇ ਚੀਰਦੀ ਅਸਲਾਏ ਭਾਈ ਦਾ ਨਹੀਂ ਟਾਈਮ ਤੇ ਚਲਾਈਦਾ ਗੱਡਵਾ ਸਲੂਕ ਐ ਮੋਡੇ ਤੇ ਬੰਦੂਕ ਐ ਕੱਠ ਕਰ ਦਿੰਨੇ ਆ ਨਹੀਂ ਜਿੱਥੇ ਜਿੱਥੇ ਜਾਈਦਾ ਥੈਂਕ ਯੂ ਇਹ ਤਾਂ ਤੁਸੀਂ ਦਸ਼ਕਾ ਵਾਸਤੇ ਸੁਣਾਤਾ ਪਰ ਮੇਰੇ ਵਾਸਤੇ ਕੀ ਸੁਣਾਓਗੇ ਤੁਹਾਨੂੰ ਪਤਾ ਫਰਮਾਇਸ਼ ਮੇਰੀ ਵੱਖਰੀ ਰਹਿੰਦੀ ਐ ਮੇਰੇ ਵਾਸਤੇ ਸੁਣਾਓ ਕੁਝ ਤਾਂ ਮੰਨਨ ਕਿਹੜਾ ਗਾਣਾ ਦੱਸੋ ਬਾਪੂ ਗਾਣਾ ਸੁਣਾ ਦੀਏ ਕਿਹੜਾ ਗਾਣਾ ਸੁਣਾਈ ਭਾਈ ਮੈਂ ਬਾਪੂ ਦੀ ਉਮਰ ਦੀ ਲੱਗ ਰਹੀ ਐ ਨਹੀਂ ਸੁਣਾਓ ਸਿਆਣਾ ਜਿਹਾ ਗਾਣਾ ਇਹ ਪੱਤਰਕਾਰ ਹੋਣਾ ਕਿਤੇ ਕਹੋਗੇ ਵੀ ਸਿਆਣਾ ਜਿਹਾ ਗੀਤ ਸੁਣਾ ਦਿਓ ਕੋਈ ਕਿਹੜਾ ਟ੍ਰੈਂਡਿੰਗ ਨਖਰਾ ਸੁਣਾ ਦੇ ਬਿਸਮਿਲ੍ਲਾ ਸੁਣਾ ਦੇ ਤੁਸੀਂ ਸੁਣਾਓ ਨਜ਼ਰਾਂ ਦੀਵਾਰ ਕੇਰਾ ਕਰੋ ਸੋਣਿਓ ਪੈਰ ਸਾਡੇ ਪੈਰਾਂ ਵਿੱਚ ਤਹਰੋ ਸੋਣਿਓ ਸੌਂ ਰੋਗੇ ਰੱਬ ਦੀ ਕੋਈ ਨਹੀਂ ਰੋਕਦਾ ਜਿੱਦਾਂ ਤੁਹਾਡਾ ਦਿਲ ਓਦਾਂ ਕਰੋ ਸੋਣਿਓ ਤੁਹਾਡੇ ਨਾਲ ਕਰੋੜਾਂ ਦਾ ਸੇ ਦਿਲ ਪਹਿਲਾਂ ਸਫਰਾਂ ਤੇ ਬਿਸਮਿਲ੍ਲਾ ਇਸ਼ਕ ਸਾਡਾ ਹੁਣ ਚੜੂਗਾ ਸਿਖਰਾਂ ਤੇ ਮੇਰੇ ਨਾਲ ਨਾਲ ਰਹੇ ਤੂੰ ਮਿੱਟੀ ਪਾ ਦੇ ਫਿਕਰਾਂ ਤੇ ਬਿਸਮਿਲਲਾ ਬਿਸਮਿਲਲਾ ਅੱਪਾ ਇਸ ਇੰਟਰਵਿਊ ਨੂੰ ਬਿਸਮਿਲਲਾ ਕਰਦੇ ਆ ਮੁਲਾਕਾਤ ਇਹਨਾਂ ਵਾਰ ਫਿਰ ਕਰਾਂਗੇ ਲੇਕਿਨ ਸਭ ਤੋਂ ਵੱਡੀ ਗੱਲ ਜੇ ਇਹਨਾਂ ਨੇ ਕਹੀ ਹੈ ਕਿ ਇਸ ਵੇਲੇ ਬੇਰੋਜ਼ਗਾਰੀ ਤੇ ਸਿੱਖਿਆ ਜੇ ਹੈ ਸੌਕਣਾ ਵੀ ਨੇ ਪਹਿਣਾ ਵੀ ਨੇ ਤੇ ਲੋਕਾਂ ਨੂੰ ਸੋਚਣਾ ਵੀ ਚਾਹੀਦਾ ਆਪਾਂ ਫਿਲਮਾਂ ਤੋਂ ਬਹੁਤ ਕੁਝ ਸਿੱਖ ਸਕਦੇ ਨੇ ਅਗਰ ਸਹੀ ਢੰਗ ਨਾਲ ਆਪਾਂ ਦੇਖੀਏ ਤਾਂ ਕੈਮਰਾਮੈਨ ਦੀਪਕ ਦਿਨਾ ਨਿਰੂਪ ਚਲਵਾਰ ਥੈਂਕਸਵੇਰਾ ਟੀਵੀ ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक एना चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटिया समाधान फ्री फ्री फ्री, फ्री मिया रफीक मोहम्मद मोबाइल चौरासी तीन सौ